ਦੇਰ ਰਾਤ ਮੋਗਾ ਵਿਖੇ ਵਿਕਰਮਜੀਤ ਸਿੰਘ ਮਜੀਠੀਆ ਦਾ ਕਾਫਲਾ ਜਿਹੜਾ ਵਾ ਦੁਰਘਟਨਾਗ੍ਰਸਤ ਹੋਇਆ ਵਾ, ਤੁਹਾਨੂੰ ਤਸਵੀਰਾਂ ਦਿਖਾ ਦਈਏ। ਇਸ ਵਕਤ ਮੈਂ ਖੜ੍ਹਾ ਹਾਂ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ 'ਚ, ਜਿੱਥੇ ਕਿ ਵਿਕਰਮ ਮਜੀਠੀਆ ਦੀ ਜਿਹੜੀ ਕਾਫਲੇ ਨਾਲ ਚੱਲਣ ਵਾਲੀ ਇਨੋਵਾ ਪਾਇਲਟ ਸੀ ਉਹ ਦੁਰਘਟਨਾਗ੍ਰਸਤ ਹੋਈ ਆ। 6 ਦੇ ਕਰੀਬ ਜਿਹੜੇ ਜਵਾਨ ਦੱਸੇ ਜਾ ਰਹੇ ਨੇ ਉਹ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ, ਜਿਹਨਾਂ 'ਚੋਂ ਇੱਕ ਦੀ ਜਿਹੜੀ ਡੈਥ ਦੱਸੀ ਜਾ ਰਹੀ ਆ। ਗੁੱਡੂ ਕੁਮਾਰ ਦਾ ਜਿਹੜਾ ਜਵਾਨ ਆ ਉਹਦੀ ਜਿਹੜੀ ਆ ਦੱਸੀ ਜਾ ਰਹੀ ਕਿ ਡੈਥ ਹੋ ਗਈ ਆ। ਮੈਂ ਤੁਹਾਨੂੰ ਦੱਸ ਦਈਏ ਕਿ ਇਹ ਜਲੰਧਰ ਤੋਂ ਜਿਹੜਾ ਵਾ ਮੁਕਤਸਰ ਵੱਲ ਜਿਹੜਾ ਇਹ ਕਾਫਲਾ ਜਾ ਰਿਹਾ ਸੀਗਾ, ਕਿਉਂਕਿ ਪੰਜਾਬ ਦੀਆਂ 4 ਸੀਟਾਂ 'ਤੇ ਜਿਹੜੀਆਂ ਵਾ ਜ਼ਿਮਨੀ ਚੋਣਾਂ ਹੋ ਰਹੀਆਂ ਨੇ, ਵੱਖ ਵੱਖ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਉਹ ਮੈਦਾਨ 'ਚ ਨੇ ਅਤੇ ਉਹਨਾਂ ਲਈ ਜਿਹੜੇ ਵਾ ਵੱਡੇ ਲੀਡਰ ਜਿਹੜੇ ਪ੍ਰਚਾਰ ਕਰ ਰਹੇ ਨੇ। ਵਿਕਰਮਜੀਤ ਮਜੀਠੀਆ ਵੀ ਜਿਹੜੇ ਨੇ ਜਲੰਧਰ ਤੋਂ ਮੁਕਤਸਰ ਲਈ ਜਿਹੜੇ ਆ ਜਾ ਰਹੇ ਸੀ, ਮੋਗਾ ਦੇ ਬਾਈਪਾਸ ਤੋਂ ਜਦੋਂ ਇੱਕ ਚੌਂਕ ਤੋਂ ਜਦੋਂ ਕ੍ਰੋਸ ਕਰ ਰਹੇ ਸੀ ਉਦੋਂ ਟਰੱਕ ਦੇ ਵਿੱਚ ਇੱਕ ਜਿਹੜੀ ਉਹਨਾਂ ਦੀ ਪਾਇਲਟ ਇਨੋਵਾ ਪਾਇਲਟ ਸੀ ਜਿਹੜੀ ਉਹਨਾਂ ਦੇ ਕਾਫਲੇ ਦੇ ਵਿੱਚ ਚੱਲ ਰਹੀ ਸੀਗੀ ਉਹ ਦੁਰਘਟਨਾਗ੍ਰਸਤ ਹੋਈ। ਤੁਰੰਤ ਵਿਕਰਮ ਮਜੀਠੀਆ ਜਿਹੜੇ ਉਹਨਾਂ ਨੂੰ ਲੈ ਕੇ ਮੋਗਾ ਦੇ ਸਿਵਲ ਹਸਪਤਾਲ 'ਚ ਲੈ ਕੇ ਗਏ, ਜਿਸ ਤੋਂ ਬਾਅਦ ਉਹਨਾਂ ਨੂੰ ਰੈਫਰ ਕੀਤਾ ਗਿਆ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ 'ਚ। ਗੁੱਡੂ ਕੁਮਾਰ ਜਿਹੜਾ ਵਾ CISF ਦਾ ਜਵਾਨ ਦੱਸਿਆ ਜਾ ਰਿਹਾ ਵਾ, ਉਹਦੀ ਜਿਹੜੀ ਹੈ ਦੱਸਿਆ ਜਾ ਰਹੀ ਕਿ ਮੌਕੇ 'ਤੇ ਡੈਥ ਹੋ ਗਈ ਸੀ। ਉਸ ਤੋਂ ਇਲਾਵਾ ਜਿਹੜੇ 5 ਜਵਾਨ ਆ ਉਹਨਾਂ ਦਾ ਜਿਹੜਾ ਵਾ ਇਲਾਜ ਚੱਲ ਰਿਹਾ ਵਾ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਅਕਾਲੀ ਦਲ ਦੇ ਵਰਕਰ ਵੀ ਇੱਥੇ ਜਿਹੜੇ ਨੇ ਪਹੁੰਚੇ ਹੋਏ ਨੇ। ਦੇਰ ਰਾਤ ਵਿਕਰਮ ਮਜੀਠੀਆ ਵੀ ਉਹਨਾਂ ਦੇ ਨਾਲ ਇੱਥੇ ਪਹੁੰਚੇ ਸੀ ਔਰ ਸਵੇਰੇ ਤੜਕੇ ਜਿਹੜੇ ਨੇ ਉਹ ਅੰਮ੍ਰਿਤਸਰ ਲਈ ਰਵਾਨਾ ਹੋ ਗਏ ਫਸਟ ਟ੍ਰੀਟਮੈਂਟ ਦਿਵਾਉਣ ਤੋਂ ਬਾਅਦ। ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ, ਜਿੱਥੇ ਕਿ 5 ਜਿਹੜੇ ਜਵਾਨ ਨੇ CISF ਦੇ ਉਹ ਇੱਥੇ ਐਡਮਿਟ ਨੇ। ਅਕਾਲੀ ਦਲ ਦੇ ਕੁਛ ਵਰਕਰ ਵੀ ਜਿਹੜੇ ਲੁਧਿਆਣਾ ਦੇ ਉਹ ਇੱਥੇ ਮੌਜੂਦ ਨੇ, ਉਹਨਾਂ ਨਾਲ ਗੱਲ ਕਰ ਲੈਂਦੇ। ਗੁਰਦੀਪ ਸਿੰਘ ਗੋਸ਼ਾ ਯੂਥ ਵਰਕਰ ਨੇ। ਸਰ, ਕਿੰਨੇ ਕੁ ਵਜੇ ਹਾਦਸਾ ਹੋਇਆ ਵਾ, ਕਿੰਨੇ ਵਜੇ ਮਜੀਠੀਆ ਸਾਹਿਬ ਇੱਥੇ ਆਏ ਸਨ? ਰਾਤ 1:15 ਦੇ ਕਰੀਬ ਹਾਦਸਾ ਹੋਇਆ ਮੋਗੇ ਬਾਈਪਾਸ ਦੇ ਕੋਲ, ਜਿਹਦੇ ਵਿੱਚ ਗੁੱਡੂ ਕੁਮਾਰ ਦੀ ਜਿਹੜੀ ਡੈਥ ਹੋਈ ਹੈ ਬੜੀ ਮਦਭਾਗੀ ਘਟਨਾ ਆਈ ਹੈ ਅਤੇ ਬਾਕੀ ਜਿਹੜੇ ਇੰਜਰਡ ਸੀ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਆਪ ਇੱਥੇ ਖੁਦ ਡੀ ਐਮ ਸੀ ਲੈ ਕੇ ਆਇਆ ਅਤੇ ਹੁਣ ਪਤਾ ਲੱਗ ਰਿਹਾ ਵੀ ਡਾਕਟਰਾਂ ਤੋਂ ਵੀ ਖਤਰੇ ਤੋਂ ਬਾਹਰ ਹੈ, ਵੀ ਮੌਕੇ 'ਤੇ ਪਹੁੰਚਣ ਕਰਕੇ ਹੋ ਗਿਆ। ਅਤੇ ਮੈਂ ਸਮਝਦਾ ਕਿ ਜਿਹੜਿਆਂ ਦੀ ਡੈਥ ਹੋਈ ਹੈ ਬੜੀ ਮਦਭਾਗੀ ਘਟਨਾ ਹੈ ਅਤੇ ਪਰਮਾਤਮਾ ਮੈਂ ਸਮਝਦਾ ਵੀ ਪਰਿਵਾਰ ਦੇ ਵਿੱਚ ਹੁਣ ਤਾਂ ਭਾਣੇ ਮੰਨਣ ਦੀ ਗੱਲ ਕਰ। ਚੋਣ ਪ੍ਰਚਾਰ ਚੱਲ ਰਿਹਾ ਸੀ, ਉਸ ਦੌਰਾਨ ਰੈਲੀਆਂ ਚੱਲ ਰਹੀਆਂ ਸੀਗੀਆਂ, ਜਿਸ ਤਰ੍ਹਾਂ ਹਾਦਸਾ ਹੋਇਆ? ਕੋਈ ਨਿੱਜੀ ਪ੍ਰੋਗਰਾਮ, ਰੈਲੀਆਂ ਤਾਂ ਨਹੀਂ, ਖਤਮ ਸੀ, ਟਾਈਮ ਕਾਫੀ ਲੇਟ ਸੀ, ਕਿਸੇ ਨਿੱਜੀ ਪ੍ਰੋਗਰਾਮ ਤੋਂ ਕਿਤੇ ਪਹੁੰਚ ਰਹੇ ਸੀਗੇ, ਉਸ ਕਰਕੇ ਇਹ ਸਾਰਾ ਜਿਹੜਾ ਰਾਤ ਦਾ ਟਾਈਮ ਸੀ, ਕਿਤੇ ਟਰੱਕ ਨੇ ਪਿੱਛੋਂ ਲਿਆ ਕੇ ਮਾਰਿਆ। ਅਤੇ ਦੱਸਿਆ ਜਾ ਰਿਹਾ ਸੀ ਜਲਾਲਾਬਾਦ ਜਾਣਾ ਸੀ ਉਹਨਾਂ ਨੇ, ਅੱਜ ਉਹਨਾਂ ਦੀ ਉੱਥੇ ਕੋਈ ਰੈਲੀ ਸੀਗੀ? ਅੱਜ ਰੈਲੀਆਂ ਸੀ, ਪਰ ਮੈਂ ਸਮਝਦਾ ਵੀ ਕਿ ਉਹਨਾਂ ਦਾ ਪਤਾ ਜਦੋਂ ਜਦੋਂ 'ਚ ਹਾਦਸਾ ਹੋਇਆ ਅਤੇ ਉਹ ਉਹਨਾਂ ਨੇ ਹੁਣ ਇਹ ਜਿਹੜੀਆਂ ਰੈਲੀਆਂ ਅੱਜ ਦੀਆਂ ਉਹਨਾਂ ਨੇ ਆਪ ਕੈਂਸਲ ਕੀਤੀਆਂ ਇਸ ਕਰਕੇ। ਬਿਲਕੁਲ, ਜਿਵੇਂ ਦੱਸਣਾ ਕਿ ਇਹਨਾਂ ਦਾ ਕਿ ਵਿਕਰਮ ਮਜੀਠੀਆ ਵੱਲੋਂ ਜਿਹੜੀਆਂ ਰੈਲੀਆਂ ਜਿਹੜੀਆਂ ਕੈਂਸਲ ਕਰ ਦਿੱਤੀਆਂ ਗਈਆਂ, ਤੁਹਾਨੂੰ ਤਸਵੀਰਾਂ ਇੱਕ ਵਾਰ ਫਿਰ ਦਿਖਾ ਦਈਏ। DMC ਹਸਪਤਾਲ ਦੇ ਬਾਹਰ ਦੀਆਂ ਤਸਵੀਰਾਂ ਨੇ, ਜਿਹੜੇ ਜਵਾਨ ਨੇ ਉਹਨਾਂ ਦਾ ਇਲਾਜ ਜਿਹੜਾ ਵਾ ਅੰਦਰ ਚੱਲ ਰਿਹਾ ਵਾ। ਦੇਰ ਰਾਤ ਜਿਹੜਾ ਦੱਸਿਆ ਜਾ ਰਿਹਾ 1:30 ਵਜੇ ਦੇ ਕਰੀਬ ਇਹ ਹਾਦਸਾ ਹੋਇਆ ਵਾ ਔਰ 2:30 ਵਜੇ ਜਿਹੜੇ ਵਿਕਰਮ ਮਜੀਠੀਆ ਆਪਣੇ ਜਵਾਨਾਂ ਨੂੰ ਲੈ ਕੇ ਇੱਥੇ ਖੁਦ ਜਿਹੜੇ ਦੱਸਿਆ ਜਾ ਰਿਹਾ ਕਿ ਉਹ DMC ਪਹੁੰਚੇ ਨੇ। ਉਹਨਾਂ 'ਚੋਂ ਇੱਕ ਜਵਾਨ ਜਿਹੜਾ ਗੁੱਡੂ ਕੁਮਾਰ ਦੱਸਿਆ ਜਾ ਰਿਹਾ ਵਾ ਉਹਦੀ ਜਿਹੜੀ ਆ ਡੈਥ ਹੋ ਗਈ ਆ। ਮੈਂ ਤੁਹਾਨੂੰ ਇੱਥੇ ਦੱਸਦਾ ਕਿ ਪੰਜਾਬ ਦੀਆਂ 4 ਸੀਟਾਂ 'ਤੇ ਜਿਹੜੀਆਂ ਜ਼ਿਮਨੀ ਚੋਣ ਹੋ ਰਹੀ ਆ, ਵੱਖ ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਵਾ ਔਰ ਅੱਜ ਜਲਾਲਾਬਾਦ ਵਿਖੇ ਜਿਹੜੀਆਂ ਵਿਕਰਮ ਮਜੀਠੀਆ ਦੀ ਜਿਹੜੀਆਂ ਰੈਲੀਆਂ ਸੀਗੀਆਂ ਉਸ ਨੂੰ ਸੰਬੋਧਨ ਕਰਨ ਜਾਣਾ ਸੀਗਾ। ਉਹ ਰਾਤ ਕਿਤੇ ਜਿਹੜਾ ਮੁਕਤਸਰ ਦੱਸਿਆ ਜਾ ਰਿਹਾ ਕਿ ਸਟੇ ਸੀਗਾ ਉਹਨਾਂ ਦਾ, ਮੁਕਤਸਰ ਵੱਲ ਰਵਾਨਾ ਹੋ ਰਹੇ ਸੀਗੇ ਜਲੰਧਰ ਤੋਂ ਮੁਕਤਸਰ, ਮੋਗੇ ਦੇ ਇੱਕ ਚੌਂਕ 'ਚ ਜਦੋਂ ਕ੍ਰੋਸਿੰਗ ਕਰ ਰਹੇ ਸੀ ਉਸ ਦੌਰਾਨ ਜਿਹੜਾ ਵਾ ਟਰੱਕ ਨੇ ਜਿਹੜੀ ਦੱਸਿਆ ਜਾ ਰਿਹਾ ਕਿ ਪਿੱਛੋਂ ਆ ਕੇ ਜਿਹੜੀ ਆ ਟੱਕਰ ਮਾਰੀ ਆ। ਇੱਕ ਜਵਾਨ ਜਿਹੜਾ ਗੁੱਡੂ ਕੁਮਾਰ ਜਿਹੜਾ ਸਭ ਤੋਂ ਪਿਛਲੀ ਸੀਟ 'ਤੇ ਬੈਠਾ ਸੀਗਾ ਉਸ ਜਿਹੜੀ ਆ ਡੈਥ ਹੋ ਗਈ ਆ। ਫਿਲਹਾਲ ਵਿਕਰਮ ਮਜੀਠੀਆ ਵੱਲੋਂ ਜਿਹੜੀਆਂ ਸਾਰੀਆਂ ਰੈਲੀਆਂ ਆਪਣੀਆਂ ਜਿਹੜੀਆਂ ਕੈਂਸਲ ਕਰ ਦਿੱਤੀਆਂ ਗਈਆਂ ਨੇ। ਕੈਮਰਾਮੈਨ ਗੁਰਦੇਵ ਦੇ ਨਾਲ ਨਰਿੰਦਰ ਮਹਿੰਦਰੂ, ਜਗਬਾਣੀ TV।